रोहतांग वालों जांदियां सड़कां नजारे देखो यार। टेंपरेचर हो गया जी -2 ते टाइम सो मैं फर्स्ट टाइम इकल्ला ट्रैवल कर रहा हां। इधर कल्ले प्याज वाला तो नाल मक्खन नाल दही गरम दूध पीवाने होने। अरे वाह हाँ जी गाइस सत श्री अकाल की हाल चाल ठीक ठाक सारे। सो फाइनली नवी ट्रिप की तैयारी हो चुकी है जी निकल चुके हैं अपना तो हूँ मैं जा रहा जी चंडीगढ़ वालू वेलकम बैट चैनल गाइस आई होप से कैंड हो। सो चंडीगढ़ तो हूँ अगे कितने जाने ये तुम हम चंडीगढ़ पहुँच के दसांगे। प्लैन कल बनया तैयारी सारे खिंच के कपड़े कुपड़े पैक करके तो निकल चुके हैं चंडीगढ़ वालू। सो मैं फर्स्ट टाइम इकला ट्रैवल कर रहा वा चंडीगढ़ तक। सो पहले तो कोई ना कोई यार दोस्त नाल हुंदा ही पर अज मेरा फर्स्ट टाइम आ कि मैं कल्ला निकल चुके घरों अपना बैग चक के टाइम 4:15 हो गए तो चंडीगढ़ पहुँचते पहुँचते सानू 7:30 बज जाने। सो आराम ड्राइव करांगे 80-100 तक चलावांगे आराम नाल कोई काली नहीं आ क्योंकि निकलना आपां कल सवेरे। प्लैन हैगा मनाली का क्योंकि यार उत्थे मौसम बहुत सोहना हो गया वा तो हाले प्लैन 50-50 आ बाकी चंडीगढ़ जाके फाइनल होगा। सो जुड़े रहो देखते रहो तो जे किसी ने हाल तक चैनल सबसक्राइब नहीं किया सबसक्राइब कर लो फटाफट यार व्लॉग के चक्कर चला मैं कल्ला चंडीगढ़ तक मेरे कल्ला करी ना जा। सो चैनल सबसक्राइब कर लियो तो की हाल है भाजी आ रही है तो अगे यार 20 मिनट हो गया ट्रैफिक च फसिया पिछे देख लो लाइन कितनी लंबी है तो अगे भी शायद अद्धा किलोमीटर ट्रैफिक लगा हुआ वा तो टाइम 4:20 हो गए चंडीगढ़ पहुँचते पहुँचते 8 जाने हैं। सो गाइस फाइनली पहुँच चुके जी मोहाली टाइम 7:15 हुए ने रस्ते जी इन्ना ट्रैफिक यार तो एक मैं खरड वाला चौंक भुल गया यार। मोहाली आए हैं तो अमनवीर को रुकेंगे तो मनाली निकलना आपां कल सवेरे दिल्ली बॉयज भी आ रहे हैं और रात तक पहुँचेंगे मैं तो पूरे अपने टाइम पर पहुँच गया वा। सो आराम ड्राइव किया वा तो एक नंबर बहुत कल तक अमनवीर पर एक मैं जरूरी काम जाना एक फैमिली फंक्शन ਤਾਂ ਕਰਕੇ 2-3 ਦਿਨ ਹੈਗੇ ਮੈਂ ਕੋਈ ਗੱਲ ਨਹੀਂ ਫੋਰਸ ਨਹੀਂ ਕਰਦੇ ਕੋਈ ਚੱਕਰ ਨਹੀਂ ਮੇਰਾ ਦਿਲ ਬਹੁਤ ਆ ਯਾਰ ਉਹ ਸਨੋਫਾਲ ਹੋ ਰਹੀ ਹੈ ਸਨੋਫਾਲ ਹੋ ਰਹੀ ਹੈ ਓਏ ਓਏ ਯਾਰ ਜਿੱਦਾਂ ਲਾਸਟ ਟਾਈਮ ਨਹੀਂ ਆਪਾਂ ਗਏ ਸੀ ਉਹ ਤਾਂ ਬਰਫ਼ ਪਈ ਹੋਈ ਸੀ ਨਾ ਅੱਛਾ ਪਰ ਅੱਜ ਸਨੋਫਾਲ ਹੋਈ ਹੈ ਉੱਥੇ ਕੀ ਵੈਦਰ ਚੱਲਦਾ ਪਿਆ ਵੈਦਰ ਇਨ ਚੈੱਕ ਤੇ ਕਰੋ ਵੈਦਰ ਇਨ ਮਨਾਲੀ 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 ਜਾ ਰਹੇ ਹੋ ਹਾਂਜੀ ਚੈੱਕ ਕਰੋ 10 ਡਿਗਰੀ ਰਾਤ ਨੂੰ ਤਾਂ ਪੂਰਾ ਮਾਈਨਸ ਜਾਊਗਾ ਨਾ ਤੇ ਦਿਨ ਟਾਈਮ ਦੇਖੋ 11 ਡਿਗਰੀ 11 ਡਿਗਰੀ करके मिलते हैं पौधे Yeah.
ਟੋਪੀ ਨਾ ਖੜ ਜਾ ਅਜੇ ਟੋਪੀ ਹੁਣ ਤੇ ਰਾਮੂ ਕਾਕਾ ਲੱਗੇ ਟੋਪੀ ਹੋਰ ਥੱਲੇ ਕਰ ਲੋ ਐ ਥੋੜੀ ਉੱਤੇ ਥੋੜੀ ਉੱਤੇ ਹੈ ਹੁਣ ਠੀਕ ਆ ਨਾ ਹੁਣ ਮਗਲੋਂ ਨਹੀਂ ਲੱਗਣਾ 3 hours later ਟਾਈਮ ਰਾਤ ਦੇ 2:30 ਵੱਜ ਗਿਆ ਤੇ ਹੁਣ ਜਾ ਕੇ ਦਿੱਲੀ ਬੋਇਸ ਪਹੁੰਚਿਆ ਮੋਹਾਲੀ ਤੇ ਹੁਣ ਉਹਨਾਂ ਨੇ ਥੱਲੇ ਲੈ ਜਾਣਾ ਆ ਪਿੱਛੇ ਕਿਤੇ ਰੇਲਵੇ ਲਾਈਨਸ ਆ ਸੋਰੀ ਮਾਰੇ ਰੇਲ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਛੇਤੀ ਨਹੀਂ ਹੈਗੇ ਯਾਰ ਸੋ ਜਿਹੜਾ ਸਮਾਨ ਆ ਹੁਣੇ ਆਪਾਂ ਸਕੋਰਪੀਓ 'ਚ ਰੱਖ ਦਿੰਦੇ ਹਾਂ ਕਿਉਂਕਿ ਲੈ ਕੇ ਚੱਲੇ ਹਾਂ ਆਪਾਂ ਸਕੋਰਪੀਓ ਮਨਾਲੀ ਅਤੇ ਸਵੇਰੇ ਤੁਸੀਂ ਰੁਕ ਹੋਣਾ ਯਾਰ ਕਿਉਂਕਿ ਅਰਲੀ ਮਾਰਨਿੰਗ ਨਿਕਲਣਾ ਵਾ ਮਨਾਲੀ ਤੱਕ ਪਹੁੰਚਦੇ ਪਹੁੰਚਦੇ ਹੀ ਪਰ ਫਿਰ ਵੀ ਜੇ ਹਿਸਾਬ ਨਾਲ ਆਪਾਂ ਉੱਠੇ ਨਾ ਬੜੇ ਸਹੀ ਟਾਈਮ ਤੇ ਨਿਕਲ ਚੁੱਕੇ ਆ ਤੇ ਹੁਣ ਪਹਿਲਾਂ ਆਪਾਂ ਨਾਸ਼ਤਾ ਕਰਨਾ ਵਾ ਪਹਿਲਾਂ ਆਪਾਂ ਥੋੜਾ ਜਿਹਾ ਰਸਤਾ ਕਵਰ ਕਰ ਲਈਏ ਚਲੋ ਹੁਣ ਗੱਡੀ ਖੇਚਦੀ ਆ ਮਨਾਲੀ ਵੱਲ ਨੂੰ ਕੰਬਲ ਕੁੰਬਲ ਚੱਕ ਲਏ ਨਾਲ ਤੇ ਫੁੱਲ ਤਿਆਰੀ ਆ ਮਨਾਲੀ ਹੈਗਾ ਜੀ ਇੱਥੋਂ 292 ਕਿਲੋਮੀਟਰ ਅਤੇ ਪਹੁੰਚਦੇ ਲੱਗਣੇ ਆ 8 ਘੰਟੇ ਜੇ ਬ੍ਰੇਕਾਂ ਮਾਰਦੇ ਜਾਵਾਂਗੇ ਤਾਂ ਫਿਰ 10 ਘੰਟੇ ਲਾ ਲਓ ਬ੍ਰੇਕਾਂ ਮਤਲਬ ਬ੍ਰੇਕਾਂ ਇੱਦਾਂ ਏਦਾਂ ਨਹੀਂ ਮਤਲਬ ਕਿ ਖਾਂਦੇ ਪੀਂਦੇ ਜਾਵਾਂਗੇ 10 ਤੇ ਤੁਸੀਂ ਲਾਓ ਕਿ ਜੇ ਜ਼ਿਆਦੀਆਂ ਬ੍ਰੇਕਾਂ ਵੱਜ ਗਈਆਂ ਤਾਂ 12 ਵੀ ਕਰ ਸਕਦੇ ਆ ਪਰਾਂਠੇ ਹੋ ਜਾਣ ਪਰਾਂਠੇ ਹੋ ਜਾਣ ਆਲੂ ਵਾਲੇ ਪਰਾਂਠੇ ਹੋ ਜਾਣ ਓਕੇ ਬ్రో ਐਸ ਆਲਵੇਜ਼ ਚਲੋ ਧਿਆਨ ਨਾਲ ਗੇ ਵੇਖੋ ਇੱਥੇ ਮਨਾਲੀ ਹੋ ਜਾਣਾ ਜੀ ਇੱਥੇ ਆਪਾਂ ਰੁਕੇ ਹਾਂ ਜੂਸ ਪੀਣ ਵਾਸਤੇ ਕੀ ਹਾਲ ਵੀਰੇ ਵੀਰੇ 4 ਗਲਾਸ ਜੂਸ ਬਣਾ ਦਿਓ ਫਰੈਸ਼ ਔਰੇਂਜ ਜੂਸ ਨਾਸ਼ਤਾ ਹਲੇ ਕਰਨਾ ਵਾ ਰਸਤੇ ਕੋਈ ਢਾਬਾ ਦੇਖਦੇ ਹਾਂ ਉੱਥੋਂ ਪਰੌਂਠੇ ਖਾਂਦੇ ਹਾਂ ਪਿਆਸ ਲੱਗੀ ਤਾਂ ਕਰਕੇ ਆਪਾਂ ਮੌਸਮੀ ਦਾ ਜੂਸ ਪੀ ਲਿਆ ਸੋਰੀ ਕਿਨੂੰ ਦਾ ਜੂਸ ਅਤੇ ਮਨਾਲੀ ਲੈ ਕੇ ਚੱਲੇ ਆਪਾਂ ਸਕੋਰਪੀਓ ਪਿਛਲੀਆਂ ਸੀਟਾਂ ਬੜੀਆਂ ਵਧੀਆ ਯਾਰ ਕੈਪਟਨ ਸੀਟਾਂ ਵਾ ਸੋ ਸਾਰਾ ਸਮਾਨ ਆਪਾਂ ਪਿੱਛੇ ਰੱਖਿਆ ਹੋਇਆ ਵਾ ਕੰਬਲ ਵਗੈਰਾ ਵੀ ਹੈਗੇ ਨਾਲ ਸੋ ਮਨਾਲੀ ਅਗਲੇ 3-4 ਦਿਨ ਰੌਣਕਾਂ ਲੱਗਣਗੀਆਂ ਸੋ ਵਲੋਗ ਬਹੁਤ ਘੈਂਟ ਘੈਂਟ ਆਉਣ ਵਾਲੇ ਆ ਹੁਣ ਰੁਕੇ ਹਾਂ ਜੀ ਇੱਥੇ ਢਾਬੇ 'ਤੇ ਨਾਸ਼ਤਾ ਕਰਨ ਵਾਸਤੇ ਇੱਥੇ ਧੁੱਪ ਬਹੁਤ ਤੇਜ਼ ਆ ਮਨਾਲੀ ਜਾ ਕੇ ਮੌਸਮ ਘੈਂਟ ਹੋਊਗਾ ਮਿਲ ਵਰਤ ਕੇ ਖਾ ਲਾਂਗੇ ਨਹੀਂ ਨਹੀਂ ਅੱਧਾ ਖਾਊਂਗਾ ਮੈਂ ਇੱਕ ਇੱਕ ਪਿਆਜ਼ ਦਾ ਪਰੌਂਠਾ ਖਾ ਕੇ ਤੇ ਇੱਕ ਹੋਰ ਮੰਗਾ ਲਿਆ ਆਪਾਂ ਚਾਹ ਵੀ ਬੜੀ ਸਵਾਦ ਮਜ਼ਾ ਆ ਗਿਆ ਚਾਹ ਪੀ ਹੁਣ ਰੁਕਿਆ ਜੀ ਪੈਟਰੋਲ ਪੰਪ 'ਤੇ ਡੀਜ਼ਲ ਭਰਾਉਣਾ ਵਾ ਕਿਉਂਕਿ ਡੀਜ਼ਲ ਭਰਾਇਆ ਨਹੀਂ ਪਿੱਛੇ ਫੁੱਲ ਕਰ ਦਿਓ ਬਈਆ ਫੁੱਲ ਕਰਾਓ ਡੀਜ਼ਲ ਪਿਆ ਜੀ 3750 ਦਾ ਪਹਿਲਾਂ ਵੀ 2000 ਤੋਂ ਪਾਇਆ ਸੀ ਆਪਾਂ ਪਿੱਛੋਂ ਆਪਣੀ ਟੈਂਕੀ ਫੁੱਲ ਆ ਮਨਾਲੀ ਰਹਿ ਗਿਆ ਜੀ ਇੱਥੋਂ 172 ਕਿਲੋਮੀਟਰ ਅਤੇ ਮੰਡੀ ਰਹਿ ਗਿਆ 68 ਅਸੀਂ ਆਏ ਹਾਂ ਰੂਪਨਗਰ ਵਾਲੀ ਸਾਈਡ ਤੋਂ ਰੂਪਨਗਰ ਬਿਲਾਸਪੁਰ ਅਤੇ ਫਿਰ ਮੰਡੀ ਅਤੇ ਫਿਰ ਮਨਾਲੀ
काफी बोरिंग ट्रिप चल रही है वाली, पर हुण थोड़ी एनर्जी आ रही है। बोरिंग ता ही क्योंकि यार करंट नहीं ही, ते हुण करंट आ चुकिया मेरे लिए। गाने सुन के करंट आ रहा हुण, सफर बड़ा बोरिंग जा रहा ही। ओ बोरिंग क्यों जा रहा ही, गाने नहीं लाए। हुण पंगू जी ने गाने लाए आ, ओए होए इधर ब्यावां दे चलणा दा गाना टॉप 10 च हुंदा। नहीं तगड़े तगड़े गाने सुनावा के तुहानू गाइस। यस चढ़ी अंग अंग ते आ चली लाली तेरे गोरे रंग ते। मंडी कुल्लू मनाली लेफ्ट। जे तुसी भी किसी हिल स्टेशन जा रहे हो तो अपने कोल कैश कैरी जरूर करो, यूपीआई ते डिपेंड ना रहो क्योंकि कई जगह नेटवर्क नहीं आते। पुलिस स्टेशन वो सामने, वो सामने कहते सुंदर नगर घूम रहे जी। इधर सुंदर नगर का सिविल होस्पिटल, तो अगे आ पुलिस स्टेशन। पुलिस स्टेशन लग गई, ए टी एम एक होर, वो वाला ए टी एम खराब ही। पंगू जी उधर और पुलिस स्टेशन नाल ही। सुंदर नगर के लोग बड़े सुंदर ने। हम ड्राइवरी थोड़ी देर यार होनी करेंगे, बाकी को कंडक्टर दी गल बात दसो जरा थोड़ी ध्यान ध्यान अगे रखो तुम यार। हम काफी सफर खिंचन के बाद रुकन का थोड़ा जहा नाम लागे। ਹੁਣ ਥੋੜੀ ਜਿਹੀ ਗੱਡੀ ਖਿੱਚਦੀ ਹੈ ਯਾਰ। ਹਾਂ ਖਿੱਚ ਦੋ, ਚਲੋ ਇੱਥੇ ਗਾਣੇ ਲਾ ਦੋ ਯਾਰ। ਫੋਨ ਕਿਹੜਾ ਕਨੈਕਟ ਹੈ? ਲੋ ਵੀ ਮਿੱਤਰੋ ਸੁੰਦਰ ਨਗਰ ਤੋਂ ਯਾਰ ਹੁਣੀ ਹੋ ਗਏ ਨੇ ਰਵਾਨਾ। ਇੱਥੇ ਹੁਣ ਠੰਡ ਲੱਗ ਲੱਗ ਪਈ ਆ ਤੇ ਜੈਕਟ ਪਾ ਲਈਏ ਯਾਰ। ਆਪਾਂ ਖਾਣਾ ਕੀ ਆ, ਸਨੈਕਸ ਕੁਝ ਖਾਈ? ਨਾ ਨਾ ਕੋਈ ਸਨੈਕ ਨਹੀਂ, ਰੋਟੀ ਭੇਲ ਲੱਗੀ ਕੁਝ ਤੇ ਮਨਾਲੀ ਜਾਈਗੀ ਆਣਾ ਵਾ, ਰੋਟੀ ਭੇਲ ਲਾਂਗੇ ਕੁਝ। अच्छी लगती है मनाली जाके कुछ स्ट्रीट फूड खावांगे वधिया। साग मक्की दी रोटी, तंदूर वाली मक्की दी रोटी, गंडा मक्खन थोड़ा घट पाया वा, मक्खन होर मंगाया वा। ਇੱਧਰ ਦੋ ਜਿਹੜਾ ਸਾਨੂੰ ਪਲੇਟਾਂ ਖਾ ਕੇ ਅਸੀਂ ਰੱਖ ਲਈਆਂ। ਮੈਂ ਤਾਂ ਬਹੁਤ ਠੀਕ ਠਾਕ ਆ ਬ੍ਰਦਰ। ਡੋਸਾ ਲਿਆ ਦਿਓ ਯਾਰ, ਡੋਸਾ ਓਕੇ ਜੀ।
ਨਹੀਂ ਖਾਣੀ ਗੱਲ ਤੇ ਉੱਦੇ ਹੀ ਪੈਂਦੀ ਨਹੀਂ ਹਟ ਜਾਓ ਅਸੀਂ ਸਰਦੀ ਰੋਟੀ ਖਾਣ ਵਾਲੇ ਬੰਦੇ ਹਾਂ ਜੀ ਠੀਕ ਆ ਸਵਾਦ ਨਹੀਂ ਕਹਿ ਸਕਦੇ ਪਰ ਠੀਕ ਆ ਤੇ ਇੱਧਰ ਬਣਾ ਚੁੱਕਿਆ ਜੀ ਡੋਸਾ ਨਾਲ ਦਾਲ ਫੁਲਕਾ ਤੇ ਮੱਕੀ ਦੀ ਰੋਟੀ ਨਹੀਂ ਨਹੀਂ ਬਸ ਮਿਰਚ ਲੈ ਲਓ ਇਹੀ ਖਾ ਲਈ ਜੀ ਬਹੁਤ ਆ ਦਾਲ ਨਾਲ ਮੱਕੀ ਦੀ ਰੋਟੀ ਨਹੀਂ ਨਹੀਂ ਰਹਿੰਦੇ ਤੇ ਨਾਲ ਆਪਾਂ ਚੀਜ਼ੀਆਂ ਲੈ ਲਈਆਂ ਹੋਈਆਂ ਨੇ ਹਾਂ ਕਿਉਂਕਿ ਕੀ ਬਾਰ ਕਿਉਂਕਿ ਫੇਵਰਿਟ ਹਾਂਜੀ ਪਰ ਮਿਲੀਆਂ ਛੋਟੀਆਂ ਛੋਟੀਆਂ ਯਾਰ ਕਿਉਂਕਿ ਨਵੀਂ ਭਾਬੀ ਪਹਿਲੀ ਵਾਰੀ ਪਾਣੀ ਮੈਂ ਦੱਸਦਾ ਤੁਹਾਨੂੰ ਇਸ ਗੱਲ ਨੂੰ ਕਮੈਂਟਾਂ ਵਿੱਚ ਜਰੂਰ ਟਾਈਮ 7:15 ਹੋ ਗਿਆ ਤੇ 9:15 ਤੱਕ ਮਨਾਲੀ ਆਪਾਂ ਪਹੁੰਚ ਜਾਾਂਗੇ ਹੁਣ ਆਪਾਂ ਖਾਵਾਂ ਜਲੇਬੀਆਂ ਕਿ ਮਿੱਠਾ ਇਹ ਸਟ੍ਰਿਪ ਤੇ ਆਪਾਂ ਬਸ ਪੰਗੂ ਜੀ ਨੇ ਮੇਰੇ ਦਿਲ ਦੀ ਗੱਲ ਕਰ ਛੱਡੀ ਜਲੇਬੀਆਂ ਵਾਲੀ ਜਲੇਬੀ ਮੇਰੀ ਫੇਵਰਿਟ ਹੈ ਕੜਿਆ ਦੁੱਧ ਵੀ ਕੜਿਆ ਦੁੱਧ ਨਾਲ ਮਿਲ ਜਾਣ ਦੇਸੀ ਘਿਓ ਦੀਆਂ ਜਲੇਬੀਆਂ ਨਾਲ ਸਹੀ ਗੱਲ ਆ ਤੇ ਤਾਂ ਤਾਂ ਜ਼ਿੰਦਗੀ ਬਣ ਜੇ ਜ਼ਿੰਦਗੀ ਮਜ਼ਾ ਆ ਜੇ ਹੋਰ ਕੁਝ ਚਾਹੀਦਾ ਨਹੀਂ ਜ਼ਿੰਦਗੀ ਟ੍ਰਿਪ ਤੇ ਨਿਕਲੇ ਆ ਖਾਣ ਪੀਣ ਲਈ ਤੇ ਘੁੰਮਣ ਫਿਰ ਲਈ ਹੁਣ ਕੋਈ ਵਿਊ ਤੇ ਦਿਖਣਾ ਨਹੀਂ ਆ ਤੁਹਾਨੂੰ ਮਨਾਲੀ ਪਹੁੰਚ ਕੇ ਮਿਲਦੇ ਆ ਯਾਰ ਓ ਓਲਡ ਮਨਾਲੀ ਪਹੁੰਚ ਚੁੱਕੇ ਆ ਟੈਂਪਰੇਚਰ ਹੈਗਾ ਜੀ 5 ਡਿਗਰੀ ਤੇ ਯਾਰ ਇੰਨੀ ਕਿ ਜ਼ਿਆਦਾ ਠੰਡ ਲੱਗ ਰਹੀ ਹੈ ਜਿਹੜੀ ਹਵਾ ਚੱਲ ਰਹੀ ਆ ਹਵਾ ਕਰਕੇ ਜੈਕਟ ਇੰਨੀ ਠੰਡੀ ਹੋ ਗਈ ਆ ਓਏ ਬੜੀ ਜ਼ਿਆਦਾ ਠੰਡ ਯਾਰ ਇਹੀ ਠੰਡ ਤਾਂ ਇੰਜੋਏ ਕਰਨ ਆਏ ਆ ਜਦੋਂ ਵੀ ਕਿਤੇ ਏਦਾਂ ਦੀ ਸ਼ੋਪ ਤੇ ਆਓ ਯਾਰ ਕੁਛ ਨਾ ਕੁਛ ਬਾਈਕਰਾਂ ਦਾ ਦਿਲ ਕਰ ਹੀ ਜਾਂਦਾ ਜੇ ਹੁਣ ਜੇ ਮੇਰਾ ਕਰ ਗਿਆ ਵਾ ਲੋਅਰ ਬਾਈਕਰਾਂ ਨੂੰ ਵੀ ਇਹ ਲੋਅਰ ਮੈਂ ਦਿਖਾ ਦਿਓ ਯਾਰ ਕੋਈ ਅੱਛਾ ਕਲਰ ਇਹ ਵਾਲਾ ਸੇਮ ਕਲਰ ਦੇ ਵਿੱਚ ਦੋ ਪਜਾਮੇ ਆ ਹਾਂਜੀ ਹਾਂਜੀ ਭਾਜੀ ਆਹ ਸਿੰਗਲ ਲੇਅਰ ਆ ਅਤੇ ਆਹ ਡਬਲ ਆ ਇਹਦੇ ਅੰਦਰ ਵੀ ਆਹ ਦੇਖੋ ਇਹਦੇ ਅੰਦਰ ਕੁਛ ਨਹੀਂ ਲੱਗਾ ਹੋਇਆ ਇਹ ਕਿੰਨੇ ਕੁ ਭਈਆ ਔਰ 50 ਕਾ ਹੋਗਾ ਬਿਨਾਂ ਪਲੇਸ ਵਾਲਾ ਔਰ ਇਹ 750 ਕਾ 750 ਚਲੋ ਇਹ ਵਾਲਾ ਕਰ ਦਿਓ ਪੈਕ ਹੁਣ ਇੱਕ ਆਪਾਂ ਖਾਣ ਲੱਗੇ ਜੀ ਕੈਰਟ ਕੇਕ ਅਤੇ ਇੱਕ ਡੇਟ ਵਾਲਨਟ ਕਰੰਚ ਕਿੰਨੀ ਸਹੀ ਲੱਗ ਰਹੀ ਹੈ ਯਾਰ ਬਹੁਤ ਅੱਛੀ ਲੱਗ ਰਹੀ ਹੈ ਚੱਕ ਲੈਂਦੇ ਹਾਂ ਤੁਸੀਂ ਇੰਨੀ ਗੱਲ ਕਰੀ ਹੈ ਮੇਰੇ ਚਮਚ ਵੀ ਦੋ ਡੇਟ ਵਾਲਨਟ ਕਰੰਚ ਅਬ ਐਗੀ ਆ ਨਾ ਵਾਲਨਟ ਮੈਨੂੰ ਸ਼ਾਇਦ ਟੁੱਟਣਾ ਚਵਾਵੇਂਗਾ ਆ ਬਹੁਤ ਸਵਾਦ ਹੈ ਫਿਰ ਮਬਾਈ ਗਲੀ ਚ ਜਿਹੜਾ ਲੇਜ਼ੀ ਡੌਗ ਆ ਓਲਡ ਮਨਾਲੀ ਮਾਰਕੀਟ ਘੁੰਮ ਕੇ ਹੁਣ ਆਏ ਜੀ ਆਪਾਂ ਇੱਧਰ ਮਾਲ ਰੋਡ ਮਾਲ ਰੋਡ ਤਾਂ ਖਾਲੀ ਪਿਆ ਹੋਇਆ ਵਾ ਹਲੇ ਬਰਫ਼ ਬੁਰਫ਼ ਸਟਾਰਟ ਨਹੀਂ ਨਾ ਹੋਈ ਚੰਗੀ ਤਰ੍ਹਾਂ ਮਨਾਲੀ ਦੇ ਵਿੱਚ ਤਾਂ ਕਰਕੇ ਘੱਟ ਟੂਰਿਸਟ ਆ ਵਿਦਇਨ 2-3 ਵੀਕ ਦੇ ਵਿੱਚ ਵਿੱਚ ਇੱਥੇ ਤਾਂ ਪੂਰੀ ਰੌਣਕ ਲੱਗ ਜਾਣੀ ਮਨਾਲੀ ਜੇ ਤੁਸੀਂ ਮਨਾਲੀ ਆ ਰਹੇ ਹੋ ਤਾਂ ਮਾਲ ਰੋਡ ਆਓ ਜਾਂ ਨਾ ਆਓ ਪਰ ਓਲਡ ਮਨਾਲੀ ਜਾ ਕੇ ਜ਼ਰੂਰ ਐਕਸਪਲੋਰ ਕਰਿਓ ਉੱਥੇ ਦੀ ਵਾਈਬ ਅਲੱਗ ਆ ਆ ਮਾਲ ਰੋਡ ਦੀ ਅਲੱਗ ਆ ਅਰੇ ਵਾਹ ਆਪਕੇ ਦੁੱਧ ਕਿਤਨੇ ਜੀ ਦੋ ਗਲਾਸ ਟੈਂਪਰੇਚਰ ਹੋ ਗਿਆ ਜੀ -2 ਤੇ ਟਾਈਮ 11:15 ਹੋ ਗਿਆ ਹੁਣ ਆਪਾਂ ਕੁਛ ਖਾਣ ਪੀਣ ਆਏ ਆ ਤੇ ਫਿਰ ਜਾ ਕੇ ਆਪਾਂ ਹਲੇ ਹੋਟਲ ਵੀ ਲੈਣਾ ਵਾ ਸੋ 12 ਵਜ ਜਾਣੇ ਹੋਟਲ ਜਾਂਦੇ ਜਾਂਦੇ ਆ ਤੇ ਹੁਣ ਲੋਕਾਂ ਨੂੰ ਹੈਗੀ ਟੈਨਸ਼ਨ ਸਾਨੂੰ ਕੋਈ ਟੈਨਸ਼ਨ ਨਹੀਂ ਯਾਰ -2 ਚ ਰਹਿ ਰਹੇ ਆ ਠੰਡਾਂ ਨੂੰ ਫਿਰ ਨਹੀਂ ਲੱਗ ਰਹੀ ਬਸ ਕਰਨ ਦੇ ਆ
रूम तो काफी सोहना यार गुड्डा टाइम 12:30 हो गए रात के हूँ कल आप निकलना सिसु नू अर्ली मॉर्निंग उठांगे 7 बजे उठ के रेडी चेडी होके 9 बजे निकलेंगे नहीं होटल तो सिसु पहुँचा के आप 11:30 वो तो वेखियो अगले लोग होप कर दे तुम आज वजिए लगे जो वजिए लगा तो लाइक वीडियो कर दियो तो मिलने तुम अगले लोग टिलन बाय बाय टेक केयर रब रख ओए होए होए रोहतांग वालों जांदियां सड़कां दे नजारे देखो यार तो आम हो।